ਕੁਛ ਟਾਈਮ ਪਹਿਲਾਂ ਸੁਧੀਰ ਸੂਰੀ ਦਾ ਕਤਲ ਹੋ ਗਿਆ ਸੀ, ਹੁਣ ਫਿਰ ਤੋਂ ਉਹਦੇ ਮੁੰਡੇ ਚਰਚਾ ਦੇ ਵਿੱਚ ਹੈ। ਕਹਿੰਦੇ ਕਿ ਉਹਨਾਂ ਨੇ ਵੱਡਾ ਸਾਰਾ ਅਤੇ ਨਵਾਂ ਚੰਨ ਚਾੜਤਾ। ਨਹੀਂ ਇੱਦਾਂ ਦੇਖੋ, ਇਹ ਵੀ ਠੀਕ ਨਹੀਂ ਹੈ। ਜੇ ਆਪਾਂ ਵੇਖੀਏ ਤਾਂ ਇਹ ਵੀ ਗਲਤ ਗੱਲ ਆ। ਹੁਣ ਮਸਲਾ ਜਿਹੜਾ ਕਿ ਉਹ ਅਚਾਨਕ ਪੁਲਿਸ ਹੀ ਇਹ ਖੁਲਾਸਾ ਕਰਦੀ ਹੈ ਕਿ ਦੇਖੋ ਜੀ ਇਹ ਮਾਮਲਾ ਹੈ ਕਿ ਕੋਈ ਬੰਦਾ ਲੈਪਟੋਪ ਮੋਬਾਈਲਾਂ ਦਾ ਕੰਮ ਕਾਰ ਕਰਦਾ ਸੀ, ਉਹਦਾ ਕੰਮ ਕਾਰ ਛੋਟਾ ਹੈ ਜਾਂ ਮੋਟਾ ਹੈ ਮੈਨੂੰ ਨਹੀਂ ਪਤਾ, ਕਮਲਕਾਂਤ ਉਕਤ ਵਿਅਕਤੀ ਦਾ ਨਾਮ ਆ। ਤਾਂ ਕਮਲਕਾਂਤ ਜਿਹੜਾ ਬੰਦਾ ਹੈ ਉਹ ਸ਼ਿਕਾਇਤ ਦਰਜ ਕਰਵਾਉਂਦਾ ਹੈ। ਇੱਕ ਥਾਂ 'ਤੇ ਮੈਂ ਇਹ ਵੀ ਪੜ੍ਹਿਆ ਕਿ ਉਹ ਕਹਿੰਦਾ ਕਿ ਦਰਅਸਲ ਕੀ ਹੈ ਕਿ ਜਿਹੜੇ ਉੱਥੇ ਕੁਝ ਮੁੰਡੇ ਲੱਗੇ ਸਨ ਜੀ, ਉਹਨਾਂ 'ਚੋਂ ਕਿਸੇ ਇੱਕ ਜਾਂ ਦੋ ਦੀ ਤਨਖਾਹ ਕੁਛ ਕੁ ਦਿਨ ਲੇਟ ਹੋ ਗਈ ਅਤੇ ਉਹਨਾਂ ਨੇ ਇਹਨਾਂ ਦੇ ਨਾਲ ਸੰਪਰਕ ਕਰ ਲਿਆ। ਇਹ ਵੀ ਅੱਜ ਕੱਲ੍ਹ ਹਿਸਾਬ ਕਿਤਾਬ ਇਹੋ ਜਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਨੇਤਾ ਅਤੇ ਉਹ ਅੱਜ ਕੱਲ੍ਹ ਪੈਸੇ ਦੇਣ ਲੈਣ ਦਾ ਕੰਮ ਕਰਵਾਉਂਦੇ, ਪਰ ਇਹ ਕੰਮ ਤੁਹਾਨੂੰ ਪਤਾ ਕੌਣ ਕਰਵਾਉਂਦੇ ਹੁੰਦੇ ਆ? ਜਿਹੜੇ ਮੇਰੇ ਵਰਗੇ ਛੰਡੇ ਫੂਕੇ ਹੁੰਦੇ ਆ ਨਾ, ਮੁਸ਼ਟੰਡੇ ਜੀ, ਅਤੇ ਉਹਨਾਂ ਕੋਲ ਆ ਜਾਂਦੇ ਬੰਦੇ ਕਿ ਤੂੰ ਮੇਰਾ 1,000 ਰੁਪਈਆ ਦਵਾ ਦੇ, ਵਿੱਚੋਂ 200 ਦਾ ਤੂੰ ਜੁਗਾੜ ਲਾ ਲਈ, 800 ਰੁਪਈਆ ਮੈਂ ਰੱਖ ਲੂੰਗਾ। ਠੀਕ ਹੈ ਨਾ ਜੀ, ਇਹ ਵੀ ਕੰਮ ਹੋਣ ਲੱਗ ਪਏ ਨੇ। ਅਤੇ ਉਹ ਜਿਹੜਾ ਦੁਕਾਨਦਾਰ ਆ, ਦੁਕਾਨਦਾਰ ਕਹਿੰਦਾ ਕਿ ਬਈ ਉਹ ਤੋਂ ਬਾਅਦ ਇਹਨਾਂ ਦੇ ਨਿਗਾਹ ਮੈਂ ਚੜ੍ਹਿਆ, ਮੁੜ ਕੇ ਉੱਥੋਂ ਲੈਪਟੋਪ ਅਤੇ ਕੁਛ ਮੋਬਾਈਲ ਚੁੱਕ ਕੇ ਲੈ ਗਏ ਨੇ ਜੀ। ਫਿਰ ਇਹਨਾਂ ਨੇ ਗਰਾਰੀ ਫਸਾ ਲਈ ਕਿ ਹਾਂ ਹਾਂ ਤੂੰ ਨਕਲੀ ਸਿੰਮ ਜਾਂ ਚਿੱਪਾਂ ਵੇਚਦਾ ਵਾਂ, ਉਹਦੇ ਨਾਮ 'ਤੇ 6 ਲੱਖ ਰੁਪਈਆ ਲੈ ਲਿਆ ਅਤੇ ਮੁੜ ਕੇ 5 ਲੱਖ ਦੀ ਰਸੀਦ ਕੱਟ ਦਿੱਤੀ ਕਿ ਸਾਡੀ ਪਾਰਟੀ ਨੂੰ ਚੰਦਾ ਆ ਗਿਆ। ਕਮਾਲ ਹੋ ਗਈ ਆ। ਉਹ ਪੁਲਿਸ ਹੁਣ ਇਹ ਗੱਲ ਕਹਿੰਦੀ ਆ ਕਿ ਬਈ ਇਹ ਤਾਂ ਫਰੌਤੀ ਦਾ ਮਸਲਾ ਹੈ ਜੀ, ਤਾਂ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਸੁਧੀਰ ਸੂਰੀ ਦਾ ਜਿਹੜਾ ਭਰਾ ਆ ਉਹ ਲਾਈਵ ਹੋ ਕੇ ਕਹਿ ਰਿਹਾ ਸੀਗਾ, ਇਸੇ ਚੀਜ਼ ਨੂੰ ਜੋੜ ਰਿਹਾ ਸੀਗਾ ਕਤਲ ਦੇ ਨਾਲ ਜੀ, ਵੀ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਫਿਰ ਸਫਾਈਆਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੁੰਦਾ ਹੈ, ਸ਼ੁਰੂ ਹੁੰਦਾ। ਪਰ ਗੱਲ ਇਹ ਆ ਕਿ ਇਸ ਸਾਰੇ ਪ੍ਰਕਰਨ ਦੇ ਵਿੱਚ ਬੜੀ ਅਜੀਬ ਗੱਲ ਆ ਕਿ ਜਿਹੜੇ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਨੇ ਜੀ, ਜਿਹੜੇ ਲੋਕ ਇੱਥੋਂ ਦੇ ਪ੍ਰਬੰਧਾਂ 'ਚ ਯਾਨੀ ਰਾਸ਼ਟਰਵਾਦੀ ਨੇ, ਇੱਥੋਂ ਦੇ ਪ੍ਰਬੰਧਾਂ 'ਚ ਬੇਤਾਸ਼ਾ ਯਕੀਨ ਰੱਖਦੇ ਆ, ਉਹ ਹੁਣ ਪੁਲਿਸ ਦੀ ਕਾਰਕਰਦਗੀ 'ਤੇ ਸਵਾਲ ਚੁੱਕਣ 'ਤੇ ਵੀ ਵਾਜਬ ਨਹੀਂ ਹੈ ਨਾ। ਬਿਲਕੁਲ। ਪਰ ਇਹ ਸ਼ਿਵ ਸੈਨਾ ਵਾਲਿਆਂ ਦਾ, ਜੇ ਮੈਂ ਇਕੱਲੇ ਸ਼ਿਵ ਸੈਨਾ ਦੀ ਗੱਲ ਕਰੂੰ, ਵੈਸੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਜਾਂ ਬਹੁਤ ਸਾਰੀਆਂ ਇਹਨਾਂ ਦੀਆਂ ਜਥੇਬੰਦੀਆਂ ਚੱਲਦੀਆਂ ਨੇ, ਸ਼ਿਵ ਸੈਨਾ ਵਾਲਿਆਂ ਦੇ ਇੰਨੇ ਕਿੱਸੇ ਆ ਕਿ ਤੁਸੀਂ ਹੈਰਾਨ ਹੋ ਜਾਓਗੇ। ਆਹ 2 ਤਾਂ ਬਠਿੰਡੇ 'ਚ ਨਿਕਲਿਆ ਕੁਛ ਮਹੀਨਿਆਂ ਦੇ ਅੰਦਰ ਅੰਦਰ, ਇੱਕ ਪੱਤਰਕਾਰ ਵਾਲਾ ਮਾਇਕ ਵੀ ਚੱਕੀ ਫਿਰਦਾ ਸੀ ਨਾਲ, ਅਤੇ ਨਾਲ ਕਹਿੰਦਾ ਮੈਂ ਸ਼ਿਵ ਸੈਨਾ ਸੁਤੰਤਰ ਪਤਾ ਨਹੀਂ ਕਿਹੜੀ ਹੈ, ਮੈਂ ਉਹਦਾ ਆਗੂ ਵੀ ਹਾਂ ਜੀ। ਅਤੇ ਉਹ ਮਤਲਬ ਕਿ ਨਕਸ਼ਿਆਂ ਦੇ ਨਾਂ 'ਤੇ ਕੋਈ ਇੱਕ ਨਕਸ਼ਾ ਨੁਕਸ਼ਾ ਪਾਸ ਨਹੀਂ, ਕਿਸੇ ਦਾ ਉਹਨੂੰ ਫਸਾ ਲੈਣਾ, ਲਿਆ ਵੀ ਸੁੱਟ ਜੀ ਜੀ ਧੰਦਾ। ਫਿਰ ਇੱਕ ਇੱਥੋਂ ਦਾ ਹੈਗਾ ਸੀ ਬਠਿੰਡੇ ਦਾ, ਹੋਰ ਸ਼ਾਇਦ ਮਣੀ ਸੀ ਉਹਦਾ ਨਾਮ, ਉਹਨੇ ਆਪਦੇ ਦਫ਼ਤਰ 'ਤੇ ਆਪ ਹੀ ਗੋਲੀ ਚਲਵਾ ਲਈ, ਕੱਟਾ ਬਰਾਮਦ ਹੋਇਆ ਉਹਦੇ ਜੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕਸ਼ਮੀਰ ਗਿਰੀ, ਉਹ ਵੀ ਸ਼ਿਵ ਸੈਨਾ ਵਾਲਾ ਹੀ ਆ ਮੇਰੇ ਖਿਆਲ ਦੇ ਨਾਲ, ਉਹਦਾ ਮੁੰਡਾ, ਉਹਦਾ ਮੁੰਡੇ ਨੇ 10 ਕਿਲੋ ਸੋਨਾ ਲੁੱਟ ਲਿਆ ਅਤੇ ਮੁੜ ਕੇ ਹਾਂ ਟੋਪੀ ਅਤੇ ਕਸ਼ਮੀਰ ਗਿਰੀ ਵੀ ਨਾਮਜ਼ਦ ਹੋ ਗਿਆ ਉਹਦੇ 'ਚ। ਉਸ ਤੋਂ ਪਹਿਲਾਂ ਹੇਮੰਤ ਠਾਕੁਰ ਜਿਹੜਾ ਇਹਨਾਂ ਦਾ, ਉਹ ਫੜਿਆ, ਕਈ ਸਾਲ ਉਹ ਭਗੌੜਾ ਰਿਹਾ ਅਤੇ ਗਨਮੈਨ ਲਈ ਫਿਰਦਾ ਸੀਗਾ ਜੀ। ਮਤਲਬ ਕਿ ਕਿੰਨੇ ਕਿੱਸੇ ਤੁਸੀਂ ਆ ਕੁਝ ਮਹੀਨਿਆਂ ਦੇ ਅੰਦਰ ਅੰਦਰ ਦੇਖੋਗੇ। ਬਿਲਕੁਲ ਬਿਲਕੁਲ। ਕਿ ਇਹ ਆ ਕਿ ਬਈ ਤਾਂ ਹੀ ਤਾਂ ਤੁਸੀਂ ਦੇਖੋਗੇ ਕਈ ਲੋਕ ਨਾ ਜਿਹੜੇ ਆ ਉਹ ਬੜਾ ਕਹਿੰਦੇ ਆ ਜੀ ਇਹ ਆ ਵੋ ਹੈ, ਤਾਂ ਮੈਂ ਕਹਿੰਦਾ ਹੁੰਦਾ ਕਿ ਯਾਰ ਇਹ ਤਾਂ ਠੀਕ ਆ, ਹਰੇਕ ਬੰਦੇ ਨੂੰ ਆਪਦੀ ਜਥੇਬੰਦੀ ਬਣਾਉਣ ਦਾ ਅਧਿਕਾਰ ਆ, ਹਰੇਕ ਬੰਦੇ ਨੂੰ ਆਪਣੇ ਧਰਮ ਦੀ ਗੱਲ ਕਰਨ ਦਾ ਅਧਿਕਾਰ ਆ,
ਉਹਦੀ ਆਈਡੀਓਲੋਜੀ ਉਸਨੇ ਆਪ ਚੁਣਨੀ ਆ, ਉਹ ਸਾਰੇ ਉਹਦੇ ਅਧਿਕਾਰ ਉਹਦੇ ਰਾਖਵੇਂ ਆ। ਪਰ ਜੇ ਤੁਸੀਂ ਦੇਖੋਗੇ ਪੰਜਾਬ ਦੇ ਬਹੁਤ ਸਾਰੇ ਹਿੰਦੂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨੂੰ ਸਪੋਰਟ ਹੀ ਨਹੀਂ ਕਰਦੇ, ਇਹ ਇਹਨਾਂ ਚੱਕਰਾਂ 'ਚ ਹੀ ਹੈ ਜੀ। ਕਿਉਂਕਿ ਜੇ ਸ਼ੁੱਧ ਮਤਲਬ ਕਿ ਧਰਮ ਦੀ ਗੱਲ ਕੀਤੀ ਜਾਵੇ, ਸੁਧਾਰਾਂ ਦੀ ਗੱਲ ਕੀਤੀ ਜਾਵੇ ਜੀ, ਤਾਂ ਠੀਕ ਆ, ਸਪੋਰਟ ਵੀ ਕੀਤੀ ਜਾਂਦੀ। ਚਲੋ ਵਿਚਾਰਧਾਰਕ ਵੱਖਰੇਵੇਂ 'ਤੇ ਵੀ ਹਿੰਦੂ ਭਾਈਚਾਰਾ ਸਪੋਰਟ ਕਰੇ, ਕੋਈ ਗੱਲ ਨਹੀਂ ਹੈ, ਉਹ ਰਹਿੰਦੀ ਆ, ਉਹ ਲੈਦਗੀ ਇੱਕ ਥੋੜ੍ਹੀ ਜਿਹੀ ਰਹਿੰਦੀ ਆ, ਵਖਰੇਵਾਂ ਰਹਿੰਦਾ ਹੀ ਰਹਿੰਦਾ। ਪਰ ਜਦੋਂ ਕੰਮ ਹੀ ਇਸ ਤਰ੍ਹਾਂ ਦੇ ਕਰਨੇ ਨੇ, ਕੋਈ ਨਾ ਕੋਈ ਕਿੱਸਾ, ਕੋਈ ਨਾ ਕੋਈ ਚਿੱਠਾ ਜਿਹੜਾ ਉਹ ਨਿਕਲ ਆਉਂਦਾ ਹੈ। ਇਹ ਤਾਂ ਹਾਲੇ ਤੁਹਾਨੂੰ ਕੁਛ ਕੁ ਮਹੀਨਿਆਂ ਦੇ ਮੈਂ ਦੱਸੇ ਨੇ, ਆਹ 23-24 ਦੇ ਦੌਰਾਨ ਦੇ ਜਿੰਨੇ ਕੁ ਮੈਨੂੰ ਚੇਤੇ ਆ, ਅਤੇ ਜੇ ਤੁਸੀਂ ਫੋਲਣ ਲੱਗ ਜਾਓ 15-16 ਤੋਂ, ਇੰਨੇ ਨਿਕਲ ਆਉਣਗੇ ਕਿ ਗੱਲ ਹੀ ਛੱਡ ਦਿਓ ਕੇਸ ਮੁਕਦਮੇ। ਤਾਂ ਇਹ ਮਾਮਲਾ ਜਿਹੜਾ ਪੁਲਿਸ ਨੇ ਜੋ ਦੱਸਿਆ ਓਫਿਸ਼ਲੀ ਆਹ ਬਣਦਾ, ਬਾਕੀ ਹੁਣ ਅੰਦਰਲੀ ਕਹਾਣੀ ਦਾ ਪਤਾ ਨਹੀਂ ਭਾਈ ਜੀ। ਪਰ ਕਦੇ ਕਿਸੇ ਨੇ ਗੋਲੀ ਚਲਵਾ ਲਈ, ਉਹ ਇੱਕ ਇਹਨਾਂ ਦਾ ਹੈਗਾ ਸੀਗਾ, ਉਹ ਗੱਲ ਸ਼ਾਇਦ 2017 ਦੀ ਆ, ਉਹਨੇ ਆਪਦੇ ਦਫ਼ਤਰ 'ਚ ਖਾਲਿਸਤਾਨ ਦੇ ਪੋਸਟਰ ਬਣਵਾ ਕੇ ਆਪ ਸੁੱਟਤੇ। ਲੈ ਦੱਸੋ, ਕੋਈ ਨਾ ਕੋਈ ਨਵਾਂ ਢੰਗ ਲੱਭ ਲੈਂਦੇ ਆ ਨਾ। ਹਰਵਿੰਦਰ ਸੋਨੀ ਨੂੰ ਫੜਿਆ ਸੀਗਾ ਪਿੱਛੇ ਜੇ ਗੁਰਦਾਸਪੁਰ, ਗੁਰੂ ਸਾਹਿਬਾਨ 'ਤੇ ਟਿੱਪਣੀ ਕੀਤੀ ਸੀਗੀ ਜੀ। ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਹੀ ਜਿਹੜੇ ਇਹਨਾਂ ਦੇ ਆਪਣੇ ਧਰਮ ਵਾਲੇ ਉਹ ਦੂਰ ਰਹਿੰਦੇ ਨੇ ਜੀ, ਜਦੋਂ ਹਰਕਤਾਂ ਹੀ ਇਸ ਤਰ੍ਹਾਂ ਦੀਆਂ ਕਰਨੀਆਂ। ਪਰ ਅੱਜ ਕੱਲ੍ਹ ਬਈ ਇਹ ਕੋਈ ਇਹ ਨਹੀਂ ਹੈਗਾ ਕਿ ਬਈ ਗੱਲ ਕੋਈ ਇੱਕ ਥਾਂ 'ਤੇ ਆ, ਜਿਵੇਂ ਜਿਵੇਂ ਆਪਾਂ ਕੱਟੜਤਾ ਦੀ ਗੱਲ ਕਰ ਰਹੇ ਸਾਂ, ਜਿਵੇਂ ਜਿਵੇਂ ਇਸ ਤਰ੍ਹਾਂ ਵੱਧਦਾ ਹੈ ਨਾ, ਤਾਂ ਉਹ ਕੁਝ ਲੋਕ ਆ ਜਾਂਦੇ ਨੇ ਜਜ਼ਬਾਤੀ ਕਰਕੇ ਆਪਣੇ ਧਰਮ ਦੇ ਨਾਮ 'ਤੇ, ਆਪਣੇ ਮਤਲਬ ਕਿ ਕਰਕੇ ਜਜ਼ਬਾਤੀ, ਉਹ ਹੈਗੇ ਨੇ ਸਾਰੇ ਪਾਸੇ ਹੀ ਹੈਗੇ ਆ, ਦੂਜੇ ਪਾਸੇ ਫਾਇਦਾ ਵੀ ਲੈ ਜਾਂਦੇ ਆਪਦਾ, ਉਹਨਾਂ ਦਾ ਹਲਵਾ ਮੰਡਾ ਸੋਹਣਾ ਚੱਲਦਾ, ਬਸ ਕੱਟੜਤਾ ਦੇ ਨਾਮ ਤੇ, ਜਜ਼ਬਾਤਾਂ ਦੇ ਨਾਮ ਤੇ ਚੱਲਦਾ ਜੀ। ਮੈਂ ਕੁਝ ਕਮੈਂਟ ਪੜ੍ਹ ਲਾਂ, ਲਓ ਜੀ। ਰਣਜੀਤ ਸਿੰਘ ਕਹਿੰਦੇ ਨੇ ਕਿ ਮੇਰਾ ਬ੍ਰਦਰ ਵੀ ਅੰਗਹੀਣ ਆ, ਉਹ ਬਹੁਤ ਸਟਰਗਲ ਕਰਦਾ। ਬਿਲਕੁਲ, ਬਹੁਤ ਸਾਰੇ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਬਹੁਤ ਸਟਰਗਲ ਕਰਦੇ ਆ, ਔਰ ਜ਼ਿੰਦਗੀ 'ਚ ਬੜਾ ਕੁਛ ਹਾਸਲ ਵੀ ਉਹਨਾਂ ਨੇ ਕੀਤਾ ਜੀ ਜੀ। ਏਕ ਮੌਂਗਾ ਜੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਵੀ ਅਕਾਲ ਤਖ਼ਤ 'ਤੇ ਪੇਸ਼ ਹੋਣਗੇ। ਤੇ ਹੋਣਗੇ ਕਿਉਂ ਨਾ ਜੀ, ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਅਤੇ ਉਹਨਾਂ ਲਈ ਰਸਤਾ ਬੰਨਣਾ ਜੀ ਜੀ। ਕਿਹੜੀ ਗੱਲ ਕਰਦੇ ਹੋ, ਕੱਲ੍ਹ ਆਪਾਂ ਬਾਤ ਤਫਸੀਲ ਗੱਲ ਕੀਤੀ ਹੈ। ਬਿਲਕੁਲ ਬਿਲਕੁਲ। ਸਤਵੰਤ ਸੰਘਾ ਜੀ ਕੰਟਰੀਬਿਊਸ਼ਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਮਿੰਟੂ ਜੀ, ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਮੰਤਰੀ ਮੰਡਲ ਦੇ ਵਿੱਚ, ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਸ਼ਫਲਿੰਗ ਹੋਣ ਦੀ ਖਬਰ ਆ ਰਹੀ ਹੈ, ਪਰ ਵਿੱਚ ਸਾਹਿਬ ਜੀ ਰੀਸ਼ਫਲਿੰਗ ਜੀ 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 ਵਿੱਚ ਸੀਐਮ ਸਾਹਿਬ ਪਹਿਲੇ ਘੱਟ ਆਉਂਦੀ ਹੈ, ਪਰ ਸ਼ਬਦ ਦੰਦ ਯਾਦ ਰਹੇ ਨਹੀਂ, ਤੁਹਾਨੂੰ ਘੱਟ ਨਹੀਂ ਆਉਂਦੀ ਹੈ, ਮੌਕੇ 'ਤੇ ਤੁਹਾਨੂੰ ਬਹੁਤ ਆਉਂਦੀ ਹੈ, ਇਹ ਜ਼ਰੂਰ ਚੱਲ। ਮੰਤਰੀ ਸਾਹਿਬ ਆਪਣੇ ਸੀਐਮ ਸਾਹਿਬ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਬਈ ਇੱਕ ਅੱਧੇ ਨੂੰ ਅਸੀਂ ਦੇਵਾਂਗੇ ਮੌਕਾ, ਅਤੇ ਬਾਕੀਆਂ ਤੋਂ ਮਾਫ਼ੀ ਮੰਗ ਰਹੇ ਹੋ, ਕੀ ਪੂਰਾ ਮੁੱਦਾ, ਕੀ ਮਸਲਾ ਹੈ ਜੀ? ਨਹੀਂ ਦੇਖੋ, ਜਿਹੜੇ ਭਗਤ ਜੀ ਆ ਜੀ, ਉਹਨਾਂ ਨੂੰ ਤਾਂ ਮੌਕਾ ਦੇਣਾ ਪਊਗਾ। ਬਿਲਕੁਲ, ਕਿਉਂਕਿ ਉਹ ਤਾਂ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਹੈ ਨਾ ਜੀ, ਵਾਅਦਾ ਕੀਆ ਹੈ ਤੋ ਨਿਭਾਉਣਾ ਪੜੇਗਾ। ਬਿਲਕੁਲ, ਗੱਲ ਇਹ ਆ ਕਿ ਬਈ ਮਾਨ ਸਾਹਿਬ ਨੂੰ ਉਹ ਤਾਂ ਮਾਣ ਰੱਖਣਾ ਹੀ ਪੈਣਾ, ਭਗਤ ਜੀ ਦੀ ਵਜ਼ੀਰੀ 'ਤੇ ਕਹਿ ਲਓ ਕਿ ਐਂ, ਉਹ ਜਿਵੇਂ ਬਾਹਰ ਦਰਵਾਜ਼ੇ 'ਤੇ ਉਹ ਨਿੰਬੂ ਅਤੇ ਮਿਰਚਾਂ ਨਹੀਂ ਲਟਕਾ ਦਿੱਤੀਆਂ ਜਾਂਦੀਆਂ, ਸਮਝ ਲਓ ਕਿ ਉਹ ਹਿਸਾਬ ਕਿਤਾਬ ਹੈ ਕਿ ਧਾਗੇ 'ਚ ਨਿੰਬੂ ਅਤੇ ਮਿਰਚਾਂ ਲਟਕੇ ਪਏ ਆ ਜੀ। ਅਤੇ ਦੂਜੀ ਗੱਲ ਆ ਜਿਹੜੀ ਕਿ ਇੱਕੋ, ਵੈਸੇ ਤਾਂ ਜੇ ਤੁਸੀਂ ਦੇਖੋਗੇ ਤਾਂ ਮਾਨ ਸਾਹਿਬ ਚਾਹੁਣ 3 ਮੰਤਰੀ ਬਣਾ ਸਕਦੇ ਆ ਜੀ, 3 ਮੰਤਰੀ ਲਿਆ ਸਕਦੇ ਆ, ਪਰ ਗੱਲ ਇਹ ਆ ਕਿ ਜਿੰਨੇ ਕੁ ਲੋਕ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਘੁੰਡੀਆਂ ਜਿਹੜੇ ਫੜਨ ਜਾਣਦੇ ਆ ਨਾ, ਆਮ ਆਦਮੀ ਪਾਰਟੀ ਦੀ ਰਾਜਨੀਤੀ ਜਿਹੜੀ ਹੈ ਨਾ, ਇਹ ਰਾਜਨੀਤੀ ਦੀ ਕੋਈ ਠੋਸ, ਇਹਦੀ ਕੋਈ ਵਿਚਾਰਧਾਰਕ ਸਤਾ ਨਹੀਂ ਹੈਗੀ। ਨਹੀਂ ਹੈਗੀ, ਬਿਲਕੁਲ। ਇਹਦੇ 'ਚ ਸਤਾ ਦੇ ਨਾਲੋਂ ਸਟਰੈਟਜੀ ਜ਼ਿਆਦਾ ਹੁੰਦੀ ਹੈ, ਵਿਚਾਰਧਾਰਕ ਸਤਾ ਦੇ ਨਾਲੋਂ ਇੱਥੇ ਸਟਰੈਟਜੀ ਮਹੱਤਵਪੂਰਨ ਹੁੰਦੀ ਹੈ। ਮੌਕੇ ਬਿਲਕੁਲ, ਮੌਕੇ 'ਤੇ ਸਟਰੈਟਜੀ ਕੜੀ ਆ, ਤਾਂ ਬਸ ਉਹਦੇ ਆਧਾਰ 'ਤੇ ਇਹਨਾਂ ਨੇ ਅਗਾਂਹ ਵਧਣਾ ਹੁੰਦਾ।
ਇਹ ਹੁਣ ਤੁਸੀਂ ਕੱਲ੍ਹ ਵੀ ਪਾਠਕ ਸਾਹਿਬ ਦਾ ਜ਼ਿਕਰ ਕੀਤਾ ਸੀਗਾ, ਸਭ ਕੁਛ ਜਿਹੜਾ ਹੋਏਗਾ ਹੋਏਗਾ। ਅੱਛਾ ਹੁਣ ਜਿਹੜੀ ਗੱਲ ਹੈ ਕਿ ਜੇ ਤਿੰਨ ਬਣਾ ਸਕਦੇ ਆ ਤਾਂ ਇੱਕ ਕਿਉਂ, ਉਹਦੇ ਵਿੱਚ ਦੇਖੋ ਸਾਫ਼ ਹੈ ਕਿ ਚਾਰ ਜ਼ਿਮਨੀ ਚੋਣਾਂ ਬਾਕੀ ਆ ਜੀ। ਇਹ ਕੀ ਕਰਦੇ ਹੁੰਦੇ, ਮੈਂ ਤੁਹਾਨੂੰ ਹੁਣ ਵਿੱਚ ਦੀ ਗੱਲ ਦੱਸ ਦਿੰਦਾ ਕਿ ਕੀ ਕਰਦੇ ਆ।